ਪੰਜਾਬ ਦੇ ਮੁੱਖ ਮੰਤਰੀ ਹੁਣ ਬਾਗੋ-ਬਾਗ ਹੋਣਗੇ ਬਾਗੋ-ਬਾਗ ਹੋਣ ਵੀ ਕਿਉਂ ਨਾ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਆਪਣਾ ਕੇਸ ਲੈ ਕੇ ਗਏ ਕਿ ਰਾਜਪਾਲਤਾ ਸਾਨੂੰ ਕਹਿੰਦੇ ਆ ਕਿ ਜਿਹੜਾ ਅਸੀਂ ਸੈਸ਼ਨ ਸੱਦਿਆ ਸੀ ਤੇ ਉਹ ਗੈਰ-ਕਾਨੂੰਨੀ ਹੈ ਔਰ ਜਿਹੜੇ ਉਸ ਦੇ ਵਿੱਚ ਬਿੱਲ ਲਿਆਂਦੇਗੇ ਉਹ ਵੀ ਗੈਰ-ਕਾਨੂੰਨੀ ਨੇ ਤੇ ਅਦ ਵਿਚਾਲੇ ਸਭ ਨੂੰ ਯਾਦ ਹੋਵੇਗਾ ਮੁੱਖ ਮੰਤਰੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਬੇਨਤੀ ਕੀਤੀ ਕਿ ਅਸੀਂ ਹੁਣ ਸੁਪਰੀਮ ਕੋਰਟ ਜਾਵਾਂਗੇ ਉਸ ਤੋਂ ਬਾਅਦ ਫਿਰ ਸੈਸ਼ਨ ਸੱਦਿਆ ਜਾ ਸਕਦਾ ਨਵੰਬਰ ਮਹੀਨੇ ਦੇ ਵਿੱਚ ਤੇ ਉਹੀ ਗੱਲ ਹੋਈ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਤਿੰਨ ਜੱਜਾਂ ਦੇ ਅਹਿਮ ਬੈਂਚ ਨੇ ਵਿਸ਼ੇਸ਼ ਬੈਂਚ ਨੇ ਸੁਣਵਾਈ ਕੀਤੀ ਹੈ ਜਿਸ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ ਨੇ ਵੀ ਕੋ ਜਹਮ ਟਿੱਪਣੀਆਂ ਕੀਤੀਆਂ ਨੇ ਰਾਜਪਾਲ ਨੂੰ ਜਿਹੜੀ ਹੈ ਹਦਾਇਤਾਂ ਵੀ ਸਖਤ ਦਿੱਤੀਆਂ ਨੇ ਇਸ ਦੇ ਵਿੱਚ ਮੁੱਖ ਮੰਤਰੀ ਨੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਂ ਰਾਜਪਾਲ ਦਾ ਸਨਮਾਨ ਕਰਦਾ ਸਤਿਕਾਰ ਕਰਦਾ ਪਰ ਸਾਨੂੰ ਇਸ ਖਿੱਚੋ ਤਾਣ ਚੋਂ ਲੰਘਣਾ ਬਚਣਾ ਪਵੇਗਾ ਜੇਕਰ ਅਸੀਂ ਖਿੱਚੋ ਤਾਣ ਤਕਰਾਰ ਘਟਾ ਦੇਾਂਗੇ ਜਾਂ ਫਿਰ ਇਹ ਖਤਮ ਹੋ ਜਾਵੇਗੀ ਤੇ ਇਸ ਦੇ ਵਿੱਚ ਹੀ ਸੂਬੇ ਦੀ ਭਲਾਈ ਇਸ ਕਰਕੇ ਤਕਰਾਰ ਹੋਣੀ ਨਹੀਂ ਚਾਹੀਦੀ ਪੰਜਾਬ ਸਰਕਾਰ ਵਧੀਆ-ਵਧੀਆ ਬਿੱਲ ਲੈ ਕੇ ਆਵੇ ਔਰ ਰਾਜਪਾਲ ਉਸ ਦੇ ਵਿੱਚ ਸਹਿਯੋਗ ਦੇ ਕੇ ਉਹਨਾਂ ਵਧੀਆ ਬਿੱਲਾਂ ਨੂੰ ਪਾਸ ਕਰ ਦੇਣ ਇਸ ਤਰ੍ਹਾਂ ਦੀਆਂ ਗੱਲਾਂ ਮੀਡੀਆ ਦੇ ਨਾਲ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਕਤ ਖੁਸ਼ੀ-ਖੁਸ਼ੀ ਇਹਨਾਂ ਨੇ ਮੀਡੀਆ ਨਾਲ ਜ਼ਾਹਰ ਕੀਤੀਆਂ ਨੇ ਗੱਲਾਂ ਹਾਲਾਂਕਿ ਇਸ ਮਸਲੇ ਦੇ ਵਿੱਚ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਉਸ ਦੇ ਵਿੱਚ ਅਹਿਮ ਟਿੱਪਣੀਆਂ ਵੀ ਚੀਫ ਜਸਟਿਸ ਆਫ ਇੰਡੀਆ ਦੇ ਵੱਲੋਂ ਕੀਤੀਆਂ ਗਈਆਂ ਉਹਨਾਂ ਦੇ ਜਿਹੜੇ ਸ਼ਬਦ ਸੀ ਉਹਨਾਂ ਨੇ ਕਿਹਾ ਕਿ 20 ਤੇ 19 ਜੂਨ 2023 ਨੂੰ ਜਿਹੜਾ ਸੱਦਿਆ ਗਿਆ ਵਿਧਾਨ ਸਭਾ ਪੰਜਾਬ ਦਾ ਜਿਹੜਾ ਸੈਸ਼ਨ ਸੀ ਉਸ ਦੀ ਵੈਧਤਾ ਦੇ ਉੱਤੇ ਉਸ ਦੀ ਜਿਹੜੀ ਕੀ ਉਹ ਸੰਵਧਾਨਿਕ ਹੈ ਕਿ ਗੈਰ ਸੰਵਧਾਨਿਕ ਹੈ ਉਸ ਦੇ ਤੇ ਜਿਹੜਾ ਸਵਾਲ ਚੁੱਕਿਆ ਗਿਆ ਉਹ ਠੀਕ ਨਹੀਂ ਰਾਜਪਾਲ ਦੇ ਵੱਲੋਂ ਔਰ ਸਦਨ ਦੇ ਜਿਹੜਾ ਸੈਸ਼ਨ ਸੱਦਿਆ ਗਿਆ ਉਸ ਦੀ ਵੈਧਤਾ ਦੇ ਉੱਤੇ ਸ਼ੱਕ ਕਰਨਾ ਰਾਜਪਾਲ ਦੇ ਲਈ ਕੋਈ ਸੰਵਧਾਨਿਕ ਵਿਕਲਪ ਨਹੀਂ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਨੂੰ ਹੁਣ ਸਹਿਮਤੀ ਦੇ ਲਈ ਜਿਹੜੇ ਪੇਸ਼ ਕੀਤੇ ਗਏ ਬਿੱਲ ਸੀ ਪਿਛਲੇ ਸੈਸ਼ਨ ਦੇ ਵਿੱਚ 19 ਜੂਨ 2023 ਨੂੰ ਉਸ ਨੂੰ ਹੁਣ ਸੰਵਧਾਨਿਕ ਰੂਪ ਦੇ ਵਿੱਚ ਮੰਨ ਕੇ ਹੀ ਉਸ ਦੇ ਉੱਤੇ ਫੈਸਲਾ ਕਰਨਾ ਚਾਹੀਦਾ ਮੋਹਰ ਲਾਉਣੀ ਚਾਹੀਦੀ ਹੈ ਹਾਲਾਂਕਿ ਤਿੰਨ ਮਣੀ ਬਿੱਲਾਂ ਦੇ ਵਿੱਚੋਂ ਦੋ ਪਹਿਲਾਂ ਹੀ ਉਹ ਪਾਸ ਕਰ ਚੁੱਕੇ ਨੇ ਇੱਕ ਦੇ ਉੱਤੇ ਉਹਨਾਂ ਨੇ ਉਦੋਂ ਕਿਹਾ ਸੀ ਕਿ ਕਾਨੂੰਨੀ ਸਲਾਹ ਲਈ ਜਾਵੇਗੀ ਫਿਰ ਪਾਸ ਕਰਾਂਗੇ ਪਰ ਹੁਣ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਆਈ ਹੈ ਜਾਂ ਫਿਰ ਪੰਜਾਬ ਸਰਕਾਰ ਦੇ ਹੱਕ ਵਿੱਚ ਫੈਸਲਾ ਆਇਆ ਇਸ ਦੇ ਨਾਲ ਰਾਜਪਾਲ ਨੂੰ ਉਹ ਤੀਜਾ ਬਿੱਲ ਵੀ ਹੁਣ ਮੋਹਰ ਲਾਉਣੀ ਪਵੇਗੀ ਤੇ ਜਿਹੜੇ ਉਹ ਬਿੱਲ ਆਏ ਸੀ ਉਸ ਨੂੰ ਪਾਸ ਕਰਨਾ ਪਵੇਗਾ ਹਾਲਾਂਕਿ ਵਿਰੋਧੀਆਂ ਨੇ ਬੜਾ ਰੌਲਾ ਪਾਇਆ ਸੀ ਵਿਰੋਧਤਾ ਵੀ ਕੀਤੀ ਸੀ ਪੰਜਾਬ ਸਰਕਾਰ ਦੀ ਕਿ ਤੁਸੀਂ ਸੈਸ਼ਨ ਸਾਨੂੰ ਦੱਸੋ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹਾਲਾਂਕਿ ਸਪੀਕਰ ਨੇ ਇਸ ਸੈਸ਼ਨ ਨੂੰ ਵਾਰ-ਵਾਰ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਕਾਨੂੰਨੀ ਹੈ ਔਰ ਪਿਛਲਾ ਸੈਸ਼ਨ ਜਿਹੜਾ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਸੀ ਇਸ ਕਰਕੇ ਰਾਜਪਾਲ ਤੋਂ ਵਿਸ਼ੇਸ਼ ਮਨਜ਼ੂਰੀ ਦੀ ਲੋੜ ਨਹੀਂ ਉਸੇ ਦੀ ਅਗਲੀ ਬੈਠਕ ਬੁਲਾਈ ਗਈ ਹੈ ਇਸ ਕਰਕੇ ਉਸ ਨੂੰ ਸੰਵਿਧਾਨਿਕ ਮੰਨਿਆ ਗਿਆ ਪਰ ਰਾਜਪਾਲ ਨੇ ਉਸ ਮਸਲੇ ਦੇ ਵਿੱਚ ਇੱਕ ਟਿੱਪਣੀ ਕੀਤੀ ਸੀ ਕਿ ਮੈਨੂੰ ਤੇ ਪੁੱਛਿਆ ਤੱਕ ਨਹੀਂ ਗਿਆ ਪਰ ਰਾਜਪਾਲਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਟਿੱਪਣੀਆਂ ਆ ਰਹੀਆਂ ਨੇ ਕਿ ਰਾਜਪਾਲਾ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਾਲਾਂਕਿ ਨੌਬਤ ਨਹੀਂ ਆਉਣੀ ਚਾਹੀਦੀ ਕਿ ਮਸਲਾ ਇੱਥੋਂ ਤੱਕ ਪੁੱਜੇ ਆਪਸ ਵਿੱਚ ਹੀ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਇਸੇ ਦੇ ਉੱਤੇ ਹੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਟਿੱਪਣੀ ਕੀਤੀ ਹੈ ਔਰ ਉਹਨਾਂ ਨੇ ਕਿਹਾ ਖੁਸ਼ੀ ਜਾਹਰ ਕਰਦੇ ਹਾਂ ਹੋਇਆ ਔਰ ਨਾਲ ਹੀ ਇਹ ਵੀ ਗੱਲ ਆਖੀ ਗਈ ਹੈ ਕਿ ਇਸ ਦੇ ਵਿੱਚ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਵੀ ਕਰਦੇ ਹਾਂ ਔਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਨੂੰ ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ ਇਸ ਦੇ ਵਿੱਚ ਇਸ ਨੂੰ ਮੈਂ ਆਪਣੀ ਜਿੱਤ ਹਾਲਾਂਕਿ ਨਹੀਂ ਸਮਝਦਾ ਰਾਜਪਾਲ ਰਾਜ ਦੇ ਸੂਬੇ ਦੇ ਕਲਿਆਣ ਵਾਸਤੇ ਭਲਾਈ ਭਲਾਈ ਵਾਸਤੇ ਸੀਐਮ ਤੇ ਰਾਜਪਾਲ ਦੇ ਜਿਹੜੇ ਸਬੰਧ ਹੋ ਬੜੇ ਚੰਗੇ ਹੋਣੇ ਚਾਹੀਦੇ ਐ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੰਨਦੇ ਨੇ ਉਹਨਾਂ ਨੇ ਕਿਹਾ ਕਿ ਮੈਂ ਹੀ ਚਾਹਨਾ ਕਿ ਪੰਜਾਬ ਸਰਕਾਰ ਦੇ ਵਧੀਆ ਵਧੀਆ ਬਿੱਲ ਆਉਣ ਚੰਗੇ ਬਿੱਲ ਆਉਣ ਔਰ ਗਵਰਨਰ ਉਸ ਨੂੰ ਪਾਸ ਕਰਦੇ ਰਹਿਣ ਇਹੀ ਗੱਲਾਂ ਨੇ ਜਿਹੜੀਆਂ ਕਹੀਆਂ ਗਿਆ ਹਾਲਾਂਕਿ ਦੂਜਾ ਇੱਕ ਮੁੱਦਾ ਪਰਾਲੀ ਦਾ ਜਿੱਥੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਇਸ ਮਸਲੇ ਦੇ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਲਗਾਤਾਰ ਸੂਬਾ ਸਰਕਾਰ ਨੂੰ ਵੀ ਝਾੜ-ਚੰਬ ਕੀਤੀ ਜਾ ਰਹੀ ਹੈ ਹਾਲਾਂਕਿ ਸੰਵਿਧਾਨਕ ਸੈਸ਼ਨ ਸੀ ਜਾਂ ਗੈਰ ਸੰਵਿਧਾਨਕ ਸੀ ਇਸ ਮਸਲੇ ਤੇ ਰਾਜਪਾਲ ਦੀ ਝਾੜ-ਚੰਬ ਹੋਈ ਇੱਕ ਤਰ੍ਹਾਂ ਤਰੀਕੇ ਦੇ ਨਾਲ ਜਿਸ ਨੂੰ ਆਮ ਸ਼ਬਦਾਂ ਦੇ ਵਿੱਚ ਮੀਡੀਆ ਦੇ ਵਿੱਚ ਫਟਕਾਰ ਕੀਤਾ ਜਾ ਰਿਹਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰ ਦੂਸਰੇ ਪਾਸੇ ਜਿਹੜਾ ਪ੍ਰੋਲੂਸ਼ਨ ਵਾਲੇ ਮਸਲੇ ਦੇ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੀ ਕਿਹਾ ਗਿਆ ਝਾੜ-ਚੰਬ ਕਾਫੀ ਕੀਤੀ ਗਈ ਹੈ ਕਿ ਇਸ ਮਸਲੇ ਦੇ ਵਿੱਚ ਸਰਕਾਰਾਂ ਕੀ ਕਰ ਰਹੀਆਂ ਨੇ ਪਰਾਲੀ ਨੂੰ ਅੱਗ ਨਾ ਲੱਗੇ ਇਸ ਨੂੰ ਲੈ ਕੇ ਕੰਟਰੋਲ ਕੀਤਾ ਜਾਵੇ ਹਾਲਾਂਕਿ ਇਸ ਮਸਲੇ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਉੱਥੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਹੀ ਅਸੀਂ ਪਰਾਲੀ ਵਾਲੇ ਮਸਲੇ ਦਾ ਹੱਲ ਕਰ ਸਕਦੇ ਹਾਂ ਔਰ ਨਾਲ ਹੀ ਉਹਨਾਂ ਨੇ ਇਹ ਵੀ ਆਖ ਦਿੱਤਾ ਹੈ ਕਿ ਮੇਰੇ ਕੋਲ ਅੰਤਿਮ ਹੱਲ ਜਿਹੜਾ ਪਰਚਾ ਹੀ ਬਚਦਾ ਹੈ ਕਿਸਾਨਾਂ ਤੇ ਜਿਹੜੇ ਪਰਚੇ ਹੋ ਰਿਹਾ ਹਾਲਾਂਕਿ ਕਿਸਾਨ ਕਦੇ ਡੀਸੀ ਦਫ਼ਤਰ ਤੱਕ ਕਦੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਘੇਰ ਲੈਂਦੇ ਨੇ ਔਰ ਇੱਕ ਜਿਹੜੀ ਤਸਵੀਰ ਆਈ ਸੀ ਜਿਸ ਦੇ ਮਸਲੇ ਦੇ ਵਿੱਚ ਪਰਚਾ ਹੀ ਕੀਤਾ ਗਿਆ ਕਿਸਾਨਾਂ ਦੇ ਉੱਤੇ ਜਿਹੜੀ ਇੱਕ ਅਧਿਕਾਰੀ ਤੋਂ ਹੀ ਜਿਹੜਾ ਫੀਲਡ ਅਫਸਰ ਸੀ ਉਸ ਤੋਂ ਹੀ ਅੱਗ ਲਵਾ ਦਿੱਤੀ ਗਈ ਪਰਾਲੀ ਨੂੰ ਮੁੱਖ ਮੰਤਰੀ ਨੇ ਦਖਲ ਦਿੰਦਿਆਂ ਆਇਆ ਕਿਹਾ ਸੀ ਕਿ ਜਲਦ ਪਰਚਾ ਕਰਾਂਗੇ ਅਸੀਂ ਪਰ ਉਹ ਪਰਚਾ ਹੋਇਆ ਵੀ ਕਿਸਾਨਾਂ ਦੀ ਗ੍ਰਿਫਤਾਰੀ ਵੀ ਹੋਈ ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਦੇ ਮੁੱਦੇ ਤੇ ਮੇਰੇ ਕੋਲ ਕਿਸਾਨਾਂ ਦੇ ਉੱਤੇ ਪਰਚਾ ਕਰਨੀ ਅੰਤਿਮ ਹੱਲ ਹੈ ਹਾਲਾਂਕਿ ਅੰਤਿਮ ਹੱਲ ਮੁੱਖ ਮੰਤਰੀ ਨੂੰ ਸਮਝਣਾ ਕਿਸੇ 'ਚ ਚਾਹੀਦਾ ਲੋਕ ਕੀ ਕਹਿ ਰਹੇ ਨੇ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਸਵਿੱਥੀ ਸਹਾਇਤਾ ਮਿਲਣੀ ਚਾਹੀਦੀ ਹੈ ਪਰਾਲੀ ਦੀ ਰਹਿਣ ਖੁੰਦ ਨੂੰ ਸੰਭਾਲਣ ਲਈ ਜਿਹੜਾ ਕਿ ਪਹਿਲਾਂ ਇਹ ਵਿਰੋਧੀ ਧਿਰ ਚ ਹੁੰਦੇ ਸੀ ਉਦੋਂ ਕਹਿੰਦੇ ਸੀ ਇੱਕ ਕੈਮੀਕਲ ਵੀ ਤਿਆਰ ਕੀਤਾ ਸੀ ਨਾ ਉਹ ਕੈਮੀਕਲ ਪੁੱਜਿਆ ਜਿਹੜਾ ਪਰਾਲੀ ਨੂੰ ਵਿੱਚ ਹੀ ਭਸਮ ਕਰ ਦਿੰਦਾ ਮਿੱਟੀ ਦੇ ਔਰ ਨਾ ਹੀ ਸੂਬਾ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਨਾ ਉਹ ਸੂਬਾ ਸਰਕਾਰ ਨਿਭਾ ਰਹੀ ਹੈ ਪਰ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਹਿ ਦਿੱਤਾ ਕਿ ਕਿਸਾਨਾਂ ਦੇ ਉੱਤੇ ਪਰਚਾ ਕਰਨਾ ਹੀ ਫਿਰ ਅੰਤਿਮ ਹੱਲ ਬਚਦਾ ਐਨਜੀਟੀ ਤੋਂ ਕਹਿ ਚੁੱਕੀ ਆ ਕਿ 1500 ਔਰ 1000 ਰੁਪਏ ਤੋਂ ਵਿੱਚ ਪਵਾ ਦੇਾਂਗੇ ਖਾਤਿਆਂ ਦੇ ਜਿਸ ਦੇ ਕਰਕੇ ਕਿਸਾਨਾਂ ਨੂੰ ਵਿੱਤੀ ਮਦਦ ਦਿੱਤੀ ਜਾ ਸਕਦੀ ਹੈ ਪਰ ਕਿਸਾਨਾਂ ਦੇ ਉੱਤੇ ਪਰਚਾ ਨਹੀਂ ਕਰਵਾਉਣਾ ਚਾਹੁੰਦੇ ਪਰ ਕੁਝ ਯੂਨੀਅਨ ਦੇ ਲੋਕ ਜੋ ਸਰਕਾਰੀ ਅਧਿਕਾਰੀਆਂ ਦੇ ਉੱਤੇ ਦਬਾਅ ਪਾਉਂਦੇ ਨੇ ਪਰਾਲੀ ਨੂੰ ਅਗਲਵਾਉਣ ਦੇ ਲਈ ਫਿਰ ਪੰਜਾਬ ਦੇ ਬੱਚਿਆਂ ਦਾ ਵੀ ਸਾਹ ਘੁੱਟਦਾ ਦਮ ਘੁੱਟਦਾ ਤਾਂ ਫਿਰ ਪਰਚਾ ਹੀ ਅੰਤਿਮ ਹੱਲ ਬਚਦਾ ਇਸ ਤਰ੍ਹਾਂ ਦੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਦੋ ਮੁੱਦਿਆਂ ਦੇ ਉੱਤੇ ਕਹੀਆਂ ਨੇ ਹੁਣ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਇਸ ਫਟਕਾਰ ਤੋਂ ਬਾਅਦ ਰਾਜਪਾਲ ਆਪਣੀ ਸੰਵਿਧਾਨ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਨੇ ਔਰ ਦੂਸਰੇ ਪਾਸੇ ਸਰਕਾਰ ਦੀ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਜਦੋਂ ਹੁਣ ਰਾਜਪਾਲ ਦੇ ਲਈ ਸ਼ਬਦ ਵਰਤਣ ਤੇ ਉਦੋਂ ਕਿਹੜੇ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਖਿਆਲ ਰੱਖਿਆ ਜਾਵੇ ਜਿੱਥੇ ਤੱਕ ਰਹੀ ਗੱਲ ਪਰਾਲੀ ਦੇ ਮੁੱਦੇ ਦੀ ਉਸ ਤੇਲੀ ਜੀ ਤੌਰ ਤੇ ਤੁਸੀਂ ਕੀ ਸੋਚਦੇ ਹੋ ਆਪਣੇ ਸੁਝਾਅ ਆਪਣੇ ਮਨ ਦੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ